सूरज नूं ऐ जो ग्रहण लग चुका 5 बजे दा टाइम है जी ते तुहानूं दिखाउने आ तुसीं बने रहो अपने चैनल दे नाल मैं तुहाडा अपना शिंदा दीवाल ते हुण तुहानूं जूम करके दिखाउने आ जी ਤਾਂ ਦੇਖੋ ਜੀ ਤਸਵੀਰਾਂ ਸੂਰਜ ਦਾ ਗ੍ਰਹਿਣ ਹੈ ਜੋ ਕੁਛ ਟਲ ਚੁੱਕਿਆ ਹੈ ਸਾਈਡ ਤੇ ਪਹਿਲਾਂ ਥੋੜਾ ਜਿਹਾ ਜ਼ਿਆਦਾ ਸੀ ਤੇ ਸੂਰਜ ਵੀ ਅੱਧਾ ਦਿਖ ਰਿਹਾ ਜੀ ਤੇ ਉਹ ਦੇਖੋ ਜੀ ਤੁਸੀਂ ਦੇਖ ਰਹੇ ਹੋ ਇੱਕ ਤਾਂ ਪੂਰਾ ਲਾਈਟ ਰੰਗ ਦਾ ਸੂਰਜ ਦਿਖ ਰਿਹਾ ਉਹਦੇ ਪਿੱਛੇ ਜੋ ਗ੍ਰਹਿਣ ਆਇਆ ਹੋਇਆ ਗ੍ਰਹਿ ਕੀ ਗ੍ਰਹਿਣ ਹੈ ਕਿ ਕੀ ਹੈ ਤਾਂ ਉਹ ਆ ਚੁੱਕਿਆ ਜੀ ਤੇ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਬਠਿੰਡੇ ਦੇ ਛੋਟੇ ਜਿਹੇ ਪਿੰਡ ਬਹਿਮਣ ਦਵਾਨਾ ਤੋਂ ਤਾਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤੇ ਸੂਰਜ ਨੂੰ ਗ੍ਰਹਿਣ ਜੋ ਲੱਗ ਚੁੱਕਾ ਹੈ 5 ਵਜੇ ਦਾ ਟਾਈਮ ਹੈ ਤੇ ਕਿੰਨੇ ਵਜੇ ਹਟਣਾ ਇਸ ਗੱਲ ਦੀ ਕੋਈ ਪੁਸ਼ਟੀ ਨਹੀਂ ਕਰਦੇ ਅਸੀਂ ਤੇ ਨਾ ਹੀ ਸਾਨੂੰ ਪਤਾ ਹੈ ਤੇ ਨਾ ਹੀ ਪੁਸ਼ਟੀ ਕਰ ਸਕਦੇ ਹਾਂ ਤੇ ਤੁਸੀਂ ਦੇਖ ਸਕਦੇ ਹੋ ਅਸੀਂ ਸਿਰਫ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਸਕਦੇ ਹਾਂ ਗ੍ਰਹਿਣ ਲੱਗੇ ਦੀਆਂ ਤਾਂ ਦੇਖੋ ਜੀ ਦੇਖੋ ਕਿਵੇਂ ਟਲ ਰਿਹਾ ਗ੍ਰਹਿਣ ਹੌਲੀ ਹੌਲੀ ਸਾਈਡ ਤੇ ਨਿਕਲ ਰਿਹਾ ਜੋ ਪਹਿਲਾਂ ਤਸਵੀਰਾਂ ਸੀਗੀਆਂ ਉਦੋਂ ਥੋੜਾ ਜਿਹਾ ਬਾਹਰ ਨੂੰ ਸੀ ਸੂਰਜ ਤੇ ਹੁਣ ਥੋੜਾ ਜਿਹਾ ਅੰਦਰ ਨੂੰ ਖੱਟਾ ਗੋਲਾ ਜੋ ਬਾਹਰ ਨੂੰ ਹੋ ਗਿਆ ਪਹਿਲਾਂ ਥੋੜਾ ਜਿਹਾ ਅੰਦਰ ਨੂੰ ਸੀ ਤਾਂ ਗ੍ਰਹਿਣ ਦੇਖ ਰਹੇ ਹੋ ਤੁਸੀਂ ਲੱਗ ਰਿਹਾ ਜੀ ਤਾਂ ਤੁਸੀਂ ਵੀ ਦੇਖ ਲਓ ਜੀ ਤੇ ਕਹਿੰਦੇ ਹੁੰਦੇ ਆ ਵੀ ਸੂਰਜ ਗ੍ਰਹਿਣ ਲੱਗਿਆ ਹੋ ਜਦੋਂ ਨਹਾਉਣਾ ਚਾਹੀਦਾ ਤਾਂ ਸਾਰੇ ਮੇਰੇ ਵੀਰ ਬਾਲਟੀਆਂ ਚੱਕ ਲਓ ਤੇ ਨਹਾ ਲਓ ਤੇ ਮੈਂ ਤੁਹਾਡੇ ਨਾਲ ਨਿਊਜ਼ ਰਿਪੋਰਟਰ ਛਿੰਦਾ ਦੀਵਾਲ ਠੀਕ ਹੈ ਜੀ ਤਾਂ ਫਿਰ ਤੋਂ ਦੁਬਾਰਾ ਤੁਹਾਨੂੰ ਤਸਵੀਰਾਂ ਸ਼ੇਅਰ ਕਰ ਰਹੇ ਹਾਂ ਤਾਂ ਦੇਖੋ ਜੀ ਤਾਂ ਸੂਰਜ ਨੂੰ ਗ੍ਰਹਿਣ ਲੱਗਿਆ ਪਿਆ ਜੀ ਤੇ ਖੱਟਾ ਖੱਟਾ ਇੱਕ ਪਤਾ ਨਹੀਂ ਕੀ ਦਿਖ ਰਿਹਾ ਤੇ ਇੱਕ ਚਿੱਟਾ ਚਿੱਟਾ ਕੀ ਦਿਖ ਰਿਹਾ ਤੇ ਬਸ ਇਹ ਦੇਖਣ 'ਚ ਆਇਆ ਕਿ ਇਹ ਸੂਰਜ ਨੂੰ ਗ੍ਰਹਿਣ ਲੱਗਿਆ ਹੋਇਆ ਤਾਂ ਠੀਕ ਹੈ ਜੀ ਲਾਈਵ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਮੈਂ ਤੁਹਾਡਾ ਆਪਣਾ ਸ਼ਿੰਦਾ ਦੀਵਾਲ ਤੇ ਕੈਮਰਾਮੈਨ ਗਗਨ ਕੌਰ ਤੇ ਹਾਂਜੀ ਹਾਂਜੀ ਦੇਖ ਰਹੇ ਹੋ ਜੀ ਤੁਸੀਂ ਇਹ ਨਿਊਜ਼ ਛਿੰਦਾ ਦੀਵਾਲ ਚੈਨਲ ਤੋਂ ਬਠਿੰਡੇ ਦੇ ਇੱਕ ਛੋਟੇ ਜਿਹੇ ਪਿੰਡ ਬਹਿਮਣ ਦਵਾਨਾ ਤੋਂ ਠੀਕ ਹੈ ਜੀ ਤਾਂ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਹਾਂਜੀ ਦੋਸਤੋ ਤਾਂ ਸੂਰਜ ਨੂੰ ਗ੍ਰਹਿਣ ਲੱਗ ਚੁੱਕਿਆ ਜੀ ਤਾਂ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਤਾਂ ਦੇਖੋ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਚਲਦੀ ਚਲਦੀ ਨੂੰ ਸ਼ੇਅਰ ਕਰ ਦਿਓ ਜੀ ਤੇ ਤਾਂ ਜੋ ਹੋਰ ਵੀ ਕੋਈ ਵੀਰ ਭੈਣ ਰਹਿ ਨਾ ਜਾਵੇ ਗ੍ਰਹਿਣ ਦੇਖਣ ਨੂੰ ਤਾਂ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਹਾਂਜੀ ਦੋਸਤੋ ਅੱਜ ਕੀ ਬ੍ਰੇਕਿੰਗ ਨਿਊਜ਼ ਤਾਜ਼ਾ ਠੀਕ ਹੈ ਜੀ ਗਾਈਸ ਹੁਣ ਤੁਹਾਨੂੰ ਤਸਵੀਰਾਂ ਜੋ ਛੱਤ ਤੋਂ ਚੜ ਕੇ ਦਿਖਾ ਰਹੇ ਹਾਂ ਜੀ ਤੇ ਜੁੜੇ ਰਹੋ ਕੈਮਰਾਮੈਨ ਛਿੰਦਾ ਦੀਵਾਲ ਦੇ ਨਾਲ ਨਿਊਜ਼ ਰਿਪੋਰਟਰ ਲਾਈਵ ਤਸਵੀਰਾਂ ਦਿਖਾ ਰਹੇ ਨੇ ਜੀ ਤੁਹਾਨੂੰ ਤਾਂ ਦੇਖਦੇ ਰਹੋ ਜੀ ਤੇ ਫਿਰ ਸ਼ੇਅਰ ਕਰਦੇ ਹਾਂ ਦੇਖੋ ਜੀ ਇਹ ਦੁਬਾਰੇ ਤੋਂ ਇਹ ਜੂਮ ਕਰਦੇ ਹਾਂ ਜੀ ਆਹ ਵੇਖੋ ਇੱਧਰ ਦੇਖ ਲਓ ਬੱਚੋ ਤਾਂ ਹਾਂਜੀ ਦੇਖ ਲਓ ਜੀ ਗਾਈਸ ਤਾਂ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਸੂਰਜ ਨੂੰ ਗ੍ਰਹਿਣ ਲੱਗਿਆ ਹੋਇਆ ਜੀ ਤਾਂ ਦੇਖੀ ਜਾਓ ਜੀ 2 ਮਿੰਟ ਖੜ ਕੇ 2 ਮਿੰਟ ਦਾ ਟਾਈਮ ਹੈ ਜੀ ਦੇਖ ਸਕਦੇ ਹੋ ਤੁਸੀਂ ਲਾਈਵ ਤਸਵੀਰਾਂ ਤਾਂ ਗ੍ਰਹਿਣ ਲੱਗਿਆ ਹੋਇਆ ਜੀ ਸੂਰਜ ਨੂੰ ਓਕੇ ਜੀ ਧੰਨਵਾਦ ਮੈਂ ਤੁਹਾਡਾ ਆਪਣਾ ਛਿੰਦਾ ਦੀਵਾਲ ਨਿਊਜ਼ ਰਿਪੋਰਟਰ ਛਿੰਦਾ ਦੀਵਾਲ ਹੁਣ ਦੇਖੋ ਜੀ ਤਸਵੀਰਾਂ ਜੋ ਕਿ ਟਾਈਮ ਹੋ ਚੁੱਕਿਆ ਹੈ 5:26 ਦਾ ਤਾਂ 5:26 ਦੀਆਂ ਤਸਵੀਰਾਂ ਦੇਖੋ ਤੁਸੀਂ ਬਿਲਕੁਲ ਸਾਫ਼ ਸਪਸ਼ਟ ਦਿਖ ਰਿਹਾ ਹੈ ਸੂਰਜ ਗ੍ਰਹਿਣ ਤਾਂ ਬਹੁਤ ਹੀ ਕਹਿੰਦੇ ਮੰਦਭਾਗਾ ਹੁੰਦਾ ਇਹ ਸੂਰਜ ਗ੍ਰਹਿਣ ਤਾਂ ਜ਼ਿਆਦਾ ਆਪਾਂ ਨੂੰ ਪਤਾ ਨਹੀਂ ਤੁਹਾਨੂੰ ਦੱਸਦੇ ਹਾਂ ਜੋ ਕੁ ਜਿੰਨਾ ਕੁ ਪਤਾ ਦੇਖੋ ਜੀ ਤਾਂ ਸੂਰਜ ਦੀਆਂ ਲਾਈਵ ਤਸਵੀਰਾਂ ਜੀ ਤਾਂ ਦੇਖੋ ਜੀ ਗ੍ਰਹਿਣ ਪੂਰਾ ਫੁੱਲ ਲੱਗਿਆ ਹੋਇਆ ਜੀ ਤਾਂ ਹੁਣ ਤੁਸੀਂ ਇਹ ਗ੍ਰਹਿਣ ਇੰਨਾ ਕੁ ਲੱਗ ਚੁੱਕਿਆ ਜੀ ਜੋ ਕਿ ਸਾਫ਼ ਸਿੱਧੀ ਖਾਲੀ ਨੰਗੀ ਅੱਖ ਨਾਲ ਦੇਖ ਸਕਦੇ ਹੋ ਤੁਸੀਂ ਤਾਂ ਦੇਖੋ ਜੀ ਗ੍ਰਹਿਣ ਕਿੰਨਾ ਬਹੁਤ ਹੀ ਸੂਰਜ ਨੂੰ ਅੱਧ ਵਿਚਾਲੇ ਤੋੜ ਕੇ ਰੱਖ ਦਿੱਤਾ ਇਹ ਗ੍ਰਹਿਣ ਨੇ ਦੇਖੋ ਜੀ ਤਾਂ ਗ੍ਰਹਿਣ ਬਹੁਤ ਹੀ ਜ਼ਿਆਦਾ ਲੱਗ ਚੁੱਕਿਆ ਬਿਲਕੁਲ ਕਾਲਾ ਕਾਲਾ ਦਾਗ ਸੂਰਜ ਦੇ ਸਾਹਮਣੇ ਅਲੱਗ ਹੀ ਦਿਖ ਰਿਹਾ ਜੀ ਤਾਂ ਤੁਸੀਂ ਹੁਣ ਇਸ ਨੂੰ ਨੰਗੀ ਅੱਖ ਨਾਲ ਵੀ ਦੇਖ ਸਕਦੇ ਹੋ